हुन ट्रक चलाना सीख के करो कमाईया। 2020 CDL ड्राइविंग स्कूल फ्रेडरिक्सबर्ग वर्जीनिया विखे जिथे CDL क्लास ए बी ते पी दी ट्रेनिंग कार्स बसेस बॉक्स ट्रक कमर्शियल ट्रैक्टर ट्रेलर भी चलाने सिखाए जांदे ने। इथे ना सिर्फ पंजाबी हिंदी अंग्रेजी उर्दू ते स्पेनिश विच गलबात करन दी सहूलत है सगो रहायश दा भी प्रबंध है। अज ही संपर्क करो सनी नू 540-656-09-85 ते। सो प्रोग्राम क्षमादान दे विच जिवें कई वीरां दी सलाह भी आउंदी है कि क्यों ना फोन कॉल्स लगियां जाण। वैसे फोन कॉल्स असी खुल्लियां रखदे हैं पर नाल दी नाल जिहड़ा हुंदा साडा कि तुहाडे तों सलाह जां इक दिन जिहड़ा उह जरूर कर लो भी इक दिन आपां रख लिया करिए जिस दिन तुहाडियां घट्टो घट्ट किसी भी मसले दे उत्ते जेकर गल करिए तां तुहाडा मसला अज आपां फोन कॉल्स जिहड़ियां उह तुहाडियां नाल दी नाल लैंदे रहांगे। सो ਤੁਸੀਂ ਫੋਨ ਕਾਲ ਕਰਨ ਦੇ ਲਈ 9814-10-666 ਅਤੇ 9214-10-666 ਕਾਲ ਲੈ ਸਕਦੇ ਹੋ ਦੇ ਸਾਨੂੰ ਕਾਲ ਕਰ ਸਕਦੇ ਹੋ। ਸੋ ਇਸ ਤੋਂ ਇਲਾਵਾ ਤੁਸੀਂ ਸਾਨੂੰ ਵਟਸਐਪ ਦੇ ਉੱਤੇ ਸਿਰਫ ਮੈਸੇਜ ਭੇਜ ਸਕਦੇ ਹੋ, ਵਟਸਐਪ ਦੇ ਉੱਤੇ ਅਸੀਂ ਕਾਲ ਨਹੀਂ ਲੈ ਸਕਦੇ ਕਿਉਂਕਿ ਜਦੋਂ ਸਾਡੇ ਨਾਲ ਕੋਈ ਵੀ ਗੈਸਟ ਜੁੜਿਆ ਹੁੰਦਾ ਤਾਂ ਸਾਡੇ ਕੋਲ ਸਿਰਫ ਦੋ ਆਪਣੇ ਲਾਈਨਾਂ ਹੀ ਬਾਕੀ ਬਚ ਜਾਂਦੀਆਂ ਨੇ। ਇੱਕ ਲਾਈਨ 'ਤੇ ਸਾਡੇ ਨਾਲ ਗੈਸਟ ਜਿਹੜੇ ਆ ਉਹ ਜੁੜ ਜਾਂਦੇ ਨੇ। ਸੋ ਮੇਰੇ ਨਾਲ ਇਸ ਵਕਤ ਨੀਲ ਭਲਿੰਦਰ ਜੀ ਜੁੜ ਗਏ ਨੇ। ਨੀਲ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਸਰ। ਨੀਲ ਜੀ, ਜਿਵੇਂ ਚਰਚਾਵਾਂ ਬੜੀਆਂ ਹੋ ਰਹੀਆਂ ਨੇ, ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਆ ਰਿਹਾ ਲਗਾਤਾਰ, ਅਕਾਲੀ ਦਲ ਵੀ ਹੁਣ ਕਹਿ ਰਿਹਾ ਵੰਡੇਟਾ ਪੋਲੀਟਿਕਸ। ਅਕਾਲੀ ਦਲ ਨੇ ਇੱਕ ਪਹਿਲਾਂ ਸਭ ਤੋਂ ਗੱਲ ਕਹੀ ਸੀ ਵੀ ਅਸੀਂ ਜੇ ਪਰਚਾ ਦੇਣਗੇ ਤਾਂ ਅਸੀਂ ਜਿਹੜਾ ਗ੍ਰਿਫਤਾਰੀਆਂ ਦੇਵਾਂਗੇ, ਸਾਡੀ PAC ਦੇ ਉਤਲੇ ਲੀਡਰਾਂ ਤੋਂ ਗ੍ਰਿਫਤਾਰੀਆਂ ਸ਼ੁਰੂ ਕਰਾਂਗੇ। ਗ੍ਰਿਫਤਾਰੀਆਂ ਦੇਣ ਦੀ ਤਾਂ ਦੂਰ ਦੀ ਗੱਲ, ਰੂਹ ਪੋਸ਼ ਹੋ ਰਹੇ ਨੇ ਵੱਡੇ ਵੱਡੇ ਬੰਦੇ। ਅਕਾਲੀ ਦਲ ਦੀ ਥਾਂ 'ਤੇ ਜ਼ਿਆਦਾ ਕੈਪਟਨ ਅਮਰਿੰਦਰ ਸਿੰਘ ਜਿਹੜੇ ਨੇ ਉਹ ਇਸ ਪਰਚੇ ਦੇ ਉੱਤੇ ਜ਼ਿਆਦਾ ਬੋਲਦੇ ਨਜ਼ਰ ਆ ਰਹੇ ਨੇ। ਕੀ ਕਹੋਗੇ ਸਾਰੇ ਮਾਮਲੇ ਦੇ ਉੱਤੇ, ਕੀ ਅਪਡੇਟ ਹੈ? ਲੁੱਕਆਊਟ ਨੋਟਿਸ ਜਾਰੀ ਹੋ ਗਿਆ ਜਿਹੜੀ ਛਪ ਜੀ 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 ਦੇਖੋ, ਜਿਹੜਾ ਅਕਾਲੀ ਦਲ ਦੀ ਗੱਲ ਹੈ, ਅਕਾਲੀ ਦਲ ਦਾ ਰਿਐਕਟ ਤਾਂ ਸੁਭਾਵਿਕ ਹੀ ਹੈ ਕਿ ਜਦੋਂ ਉਹਨਾਂ ਦੇ ਇੱਕ ਵੱਡੇ ਨੇਤਾ ਦੇ ਖਿਲਾਫ ਇੱਦਾਂ ਦੇ ਬਦਨਾਮ ਕੇਸ ਦੇ ਵਿੱਚ ਜਿਹੜਾ FIR ਦਰਜ ਹੋਈ ਹੈ ਤਾਂ ਉਹਨਾਂ ਨੇ ਤਾਂ ਰਿਐਕਸ਼ਨ ਦੇਣਾ ਹੀ ਹੈ। ਉਹਨਾਂ ਨੇ ਤਾਂ ਧਮਕੀਆਂ ਦੇਣੀਆਂ ਹੀ ਨੇ ਸੱਤਾਧਾਰੀ ਧਿਰ ਨੂੰ ਵੀ ਤੇ ਅਫਸਰਾਂ ਨੂੰ ਵੀ ਜੀ। ਸੋ ਦੂਜਾ ਜਿਹੜਾ ਤੁਸੀਂ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰ ਰਹੇ ਹੋ, ਅਮਰਿੰਦਰ ਸਿੰਘ ਵਾਸਤੇ ਵੀ ਜਿਹੜਾ ਕਿ ਬੜਾ ਚੈਲੰਜਿੰਗ ਹੋ ਗਿਆ, ਸਿੱਧਾ ਸਵਾਲ ਉੱਠਿਆ ਕਿ ਤੁਸੀਂ ਸਾਢੇ 4 ਸਾਲਾਂ 'ਚ ਨਹੀਂ ਕੀਤਾ ਜਿਹੜਾ ਕੰਮ ਹੁਣ ਕਰਨਾ ਪਿਆ ਜੀ। ਅੱਜ ਸਿੱਧੂ ਵੀ ਕਹਿੰਦਾ ਕਿ ਦੇਖੋ ਮੇਰਾ ਅਸਤੀਫਾ ਦੇਣਾ ਜਾਇਜ਼ ਸੀ, ਕਹਿੰਦਾ ਉਹ ਵੀ ਲੋਕਾਂ ਨੂੰ ਸਵਾਲ ਕਰ ਰਿਹਾ ਕਿ ਜੋ ਮੈਂ ਅਸਤੀਫਾ ਦਿੱਤਾ ਸੀ ਕਿੰਨਾ ਕੁ ਜਾਇਜ਼ ਸੀ ਜੀ। ਤੇ ਦੂਜਾ ਅਮਰਿੰਦਰ ਸਿੰਘ ਵਾਸਤੇ ਇਹ ਵੀ ਹੈ ਕਿ ਕਿਤੇ ਹੁਣ ਕਾਂਗਰਸ ਇਸ ਦਾ ਲਾਹਾ ਨਾ ਲੈ ਜੇ, ਉਹ ਨੁਕਸਾਨ ਹੁੰਦਾ ਹੈ ਅਮਰਿੰਦਰ ਸਿੰਘ ਨੂੰ। ਉਹ ਵੀ ਹੁਣ ਸਿਆਸੀ ਲੜਾਈ ਲੜ ਰਹੇ ਨੇ ਆਪਣੇ ਪੱਧਰ ਦੇ ਉੱਤੇ, ਆਪਣੀ ਪਾਰਟੀ ਬਣਾ ਕੇ। ਸੋ ਇਹਨਾਂ ਦੇ ਰਿਐਕਸ਼ਨ ਜਿਹੜੇ ਨੇ ਬੜੇ ਸੁਭਾਵਿਕ ਨੇ, ਤੇ ਨਵਜੋਤ ਸਿੰਘ ਸਿੱਧੂ ਦਾ ਹਿੱਕ ਥਾਪੜਨਾ ਉਹ ਵੀ ਸੁਭਾਵਿਕ ਹੈ ਕਿਉਂਕਿ ਨਵਜੋਤ ਸਿੰਘ ਸਿੱਧੂ ਨੇ ਹੀ DGP ਦਾ ਮੁੱਦਾ ਚੱਕਿਆ ਸੀ ਕਿ DGP ਬਦਲੋ। ਨਵਜੋਤ ਸਿੰਘ ਸਿੱਧੂ ਨੇ ਹੀ AG ਦਾ ਮੁੱਦਾ ਚੱਕਿਆ ਸੀ ਜਿਹਦੀ ਲੀਗਲ ਐਡਵਾਈਸ ਦੇ ਉੱਤੇ ਸਾਰੀ ਕਾਰਵਾਈ ਹੋਈ ਹੈ, ਬਕਾਇਦਾ ਤੌਰ ਦੇ ਉੱਤੇ ਲਿਖਿਆ ਹੋਇਆ FIR ਦੇ ਵਿੱਚ ਵੀ, ਜਿਹੜੀ ਆਪਾਂ ਕੱਲ ਵਿਸ਼ਲੇਸ਼ਣ ਕੀਤਾ ਜਿਹੜੀ FIR ਦਾ। ਸੋ ਹਰ ਕੋਈ ਜਿਹੜਾ ਹੈਗਾ ਇਹਦਾ ਸਿਹਰਾ ਲੈਣ ਨੂੰ ਫਿਰਦਾ ਕਿਉਂਕਿ ਇੱਕ ਐਸਾ ਸ਼ਿਕਾਰ ਮੰਨਿਆ ਜਾ ਰਿਹਾ ਇਹ ਕਿ ਬੇਅਦਬੀ ਤੋਂ ਨੰਬਰ 2 ਦੇ ਉੱਤੇ ਮੰਨਿਆ ਜਾ ਰਿਹਾ ਸੀ ਸਾਢੇ 4 ਸਾਲਾਂ ਤੋਂ। ਵਿਕਰਮ ਸਿੰਘ ਮਜੀਠੀਆ ਆ ਡਰੱਗ ਕੇਸ ਜੀ, ਪਹਿਲੇ ਨੰਬਰ ਤੇ ਬੇਅਦਬੀ ਸੀ, ਤੇ ਜਦੋਂ ਲੱਗਿਆ ਕਿ ਬੇਅਦਬੀ ਵਾਲੇ ਕੇਸ ਦਾ ਹੱਥ ਪੈਣਾ ਨਹੀਂ ਕਿਉਂਕਿ ਸੁਮੇਤ ਸੈਣੀ ਜਿਹੜਾ ਹੈਗਾ ਬਲੈਂਕਟ ਬੇਲ ਲੈ ਕੇ ਲੈ ਗਿਆ। ਹਾਂ ਬਿਲਕੁਲ, ਤੇ ਬਾਕੀ ਵੀ ਜਿਹੜੇ ਨੇ ਅੱਜ ਮੇਰੇ ਖਿਆਲ ਕੱਲ ਫਰੀਦਕੋਟ ਅਦਾਲਤ ਵਿੱਚ ਪਾ ਦਿੱਤਾ ਹੈ ਕਿ ਫਰਵਰੀ ਤੱਕ ਜਿਹੜਾ ਹੈਗਾ ਸੁਣਵਾਈਆਂ ਤੇ ਰੋਕ ਲਾ ਦਿੱਤੀ ਜਾਏ। ਹਾਂ ਉਹ ਮੰਗ ਕੀਤੀ ਗਈ ਹੈ, ਬਾਕੀ ਜਿਹੜੇ ਨੇ ਉਹਨਾਂ ਨੇ ਅਰਜੀ ਪਾ ਦਿੱਤੀ ਹੈ ਤੇ ਉਹ ਜਿਹਦੇ ਮੰਨੇ ਜਾਣ ਦੀ ਸੰਭਾਵਨਾ ਵੀ ਕਾਫੀ ਹੈ ਇਲੈਕਸ਼ਨ ਦੇ ਮੱਦੇਨਜ਼ਰ, ਕਿਉਂਕਿ ਅਦਾਲਤਾਂ ਵਾਸਤੇ ਇਹ ਵੀ ਬੜਾ ਜ਼ਰੂਰੀ ਹੋ ਜਾਂਦਾ ਹੈ ਕਿ ਇਹਦਾ ਕੋਈ ਸਿਆਸੀ ਅਗਰ ਲਾਹਾ ਜਾਂਦਾ ਹੈ ਤਾਂ ਕੱਲ ਨੂੰ ਇਸੇ ਬਿਨਾਹ ਦੇ ਉੱਤੇ ਜਿਹੜੀ ਹੈਗੀ ਹੈ ਅੱਗੇ ਚੈਲੰਜ ਹੋ ਜਾਂਦੀ ਹੁੰਦੀ ਹੈ ਚੀਜ਼ ਕਿ ਉਹਨਾਂ ਦਿਨਾਂ ਦੇ ਵਿੱਚ ਫੈਸਲਾ ਆਇਆ ਸੀ, ਉਹਨਾਂ ਦਿਨਾਂ ਦੇ ਵਿੱਚ ਆਰਡਰ ਆਇਆ ਸੀ ਜਿਹਦਾ ਸਿਆਸੀ ਫਾਇਦਾ ਜਿਹੜਾ ਹੈਗਾ ਦੂਜੀ ਪਾਰਟੀ ਨੂੰ ਹੋਇਆ ਹੈ। ਸੋ ਇਸ ਕਰਕੇ ਵਿਕਰਮ ਸਿੰਘ ਮਜੀਠੀਆ ਵਾਲਾ ਕੇਸ ਜਦੋਂ ਤੱਕ ਮਜੀਠੀਆ ਨੂੰ ਕੋਈ ਜ਼ਮਾਨਤ ਪੇਸ਼ਗੀ ਜ਼ਮਾਨਤ ਜਾਂ ਕੋਈ ਹੋਰ ਨਹੀਂ ਮਿਲ ਜਾਂਦੀ ਉਦੋਂ ਤੱਕ ਜਿਹੜਾ ਹੈ ਇਹ ਮਤਲਬ ਜਦੋਂ ਤੱਕ ਮਜੀਠੀਆ ਸਾਹਮਣੇ ਨਹੀਂ ਆ ਜਾਂਦਾ ਉਦੋਂ ਤੱਕ ਜਿਹੜਾ ਹੈਗਾ ਇਸ ਤਰ੍ਹਾਂ ਦੇ ਦਾਅਵੇ ਜਿਹੜੇ ਹੁੰਦੇ ਰਹਿਣੇ ਨੇ ਜੀ, ਤੇ ਉਦੋਂ ਤੱਕ ਹੀ ਜਿਹੜਾ ਹੈਗਾ ਮੇਰੇ ਖਿਆਲ 'ਚ ਇਹ ਮੁੱਦਾ ਹੈ। ਉਸ ਤੋਂ ਬਾਅਦ ਜੇਕਰ ਉਹਦੇ 'ਚ ਮਜੀਠੀਆ ਨੂੰ ਰਾਹਤ ਮਿਲ ਜਾਂਦੀ ਹੈ ਤਾਂ ਬੜੀ ਨਮੋਸ਼ੀ ਵੀ ਹੋਏਗੀ, ਸਰਕਾਰ ਨੂੰ ਵੀ ਨਮੋਸ਼ੀ ਹੋਏਗੀ, ਸਿੱਧੂ ਨੂੰ ਵੀ ਨਮੋਸ਼ੀ ਹੋਏਗੀ। ਜੇਕਰ ਨਹੀਂ ਮਿਲਦੀ, ਜਿਸ ਤਰ੍ਹਾਂ ਅੱਜ ਲੁੱਕ ਆਊਟ ਨੋਟਿਸ ਜਿਹੜਾ ਹੈਗਾ ਪ੍ਰੋਸੀਜਰ ਹੀ ਹੈ, ਵੈਸੇ ਤਾਂ CRP ਹੈ ਤਾਂ ਪ੍ਰੋਸੀਜਰ ਹੀ ਹੈ, ਬਿਲਕੁਲ ਬਿਲਕੁਲ
ਜਦੋਂ ਤੁਸੀਂ ਸੀਆਰ ਕ੍ਰਿਮੀਨਲ ਪ੍ਰੋਸੀਜਰ ਕੋਡ ਦੇ ਤਹਿਤ ਐਫ ਆਈ ਆਰ ਦਰਜ ਕੀਤੀ ਹੈ ਤਾਂ ਉਹਦਾ ਪਹਿਲਾ ਪ੍ਰੋਸੀਜਰ ਹੈ ਕਿ ਜਦੋਂ ਤੁਹਾਨੂੰ ਬੰਦਾ 24 ਘੰਟਿਆਂ ਚ ਨਹੀਂ ਮਿਲ ਰਿਹਾ ਤਾਂ ਹਾਈ ਪ੍ਰੋਫਾਈਲ ਬੰਦਾ ਹੈ ਤਾਂ ਉਹਦੇ ਬਾਰੇ ਤੁਸੀਂ ਜਿਹੜਾ ਹੈਗਾ ਲੁੱਕ ਆਊਟ ਨੋਟਿਸ ਜਾਰੀ ਕਰੋਗੇ ਹੀ ਕਰੋਗੇ ਤੇ ਵੈਸੇ ਤਾਂ ਪਤਾ ਲੱਗ ਰਿਹਾ ਕਿ ਸੋਮਵਾਰ ਰਾਤ ਨੂੰ ਤੋਂ ਹੀ ਇਹ ਜਿਹੜੇ ਹੈਗੇ ਮਜੀਠੀਆ ਦੀ ਜਿਹੜੇ ਟੈਲੀਫੋਨ ਹੈ ਜੋ ਵੀ ਇਹਨਾਂ ਕੋਲ ਹੈ ਮੋਬਾਈਲ ਨੰਬਰ ਹੈ ਉਹਦੀ ਜਿਹੜੀ ਲੋਕੇਸ਼ਨ ਲਾ ਕੇ ਬੈਠੇ ਹੋਏ ਸੀ ਤੇ ਪਤਾ ਲੱਗ ਰਿਹਾ ਸੀ ਕਿ ਉਹ ਜਿਹੜਾ ਚੰਡੀਗੜ੍ਹ ਚ ਚਾਰ ਸੈਕਟਰ ਦੇ ਵਿੱਚ ਪੈਟਰੋਲ ਪੰਪ ਦੇ ਨਾਲ ਐਮ ਐਲ ਏ ਹੋਸਟਲ ਹੈ ਉਹਦੀ ਆ ਰਹੀ ਸੀ ਜੀ ਤਾਂ ਇਹਨਾਂ ਨੂੰ ਇਹ ਸੀ ਸ਼ਾਇਦ ਕਿ ਮਜੀਠੀਆ ਉੱਥੇ ਹੀ ਹੈ ਤੇ ਸਵੇਰੇ ਜਾ ਕੇ ਫੜ ਲਵਾਂਗੇ ਤੇ ਉਦੋਂ ਮਜੀਠੀਆ ਨਹੀਂ ਮਿਲਿਆ ਫੋਨ ਤਾਂ ਮਿਲਿਆ ਮਜੀਠੀਆ ਨਹੀਂ ਮਿਲਿਆ ਉੱਥੇ ਸੋ ਉਹ ਜਿਹੜਾ ਹੈਗਾ ਮੰਨਿਆ ਜਾ ਰਿਹਾ ਕਿ 15 ਤਰੀਕ ਤੋਂ ਹੀ ਮਜੀਠੀਆ ਪੰਜਾਬ ਤੋਂ ਬਾਹਰ ਜਾ ਚੁੱਕਾ ਸੀ ਸੋ ਇਹਨਾਂ ਨੂੰ ਇਹਨਾਂ ਦੀ ਜਿਹੜੀ ਮੁਸ਼ਤੈਦੀ ਜਿਹੜੀ ਹੈਗੀ ਹੈ ਧਰੀ ਧਰਾਈ ਰਹਿ ਗਈ ਉਸ ਮਾਮਲੇ ਦੇ ਵਿੱਚ ਨਹੀਂ ਤਾਂ ਜਿੱਦਾਂ ਐਫ ਆਈ ਆਰ ਦਰਜ ਹੋ ਗਈ ਹੈ ਜਿਸ ਤਰ੍ਹਾਂ ਸੁਮੇਧ ਸੈਣੀ ਨੂੰ ਪੁੱਛਗਿੱਛ ਲਈ ਬੁਲਾ ਕੇ ਜਿਹੜਾ ਹੈਗਾ ਉਹਦੀ ਜਿਹੜੀ ਫੋਟੋ ਸੈਸ਼ਨ ਕਰਾਇਆ ਸਲਾਖਾਂ ਪਿੱਛੇ ਦੇ ਕੇ ਤਾਂ ਇਸ ਤਰ੍ਹਾਂ ਮਜੀਠੀਏ ਨਾਲ ਵੀ ਕਰਨ ਦੀ ਵਿਉਂਤਬੰਦੀ ਸੀ ਕਿਉਂਕਿ ਜਿਹੜਾ ਹੈਗਾ ਜਦੋਂ ਸਿਆਸੀ ਸਲਾਹਾ ਆਪਾਂ ਇਸ ਗੱਲ ਤੋਂ ਤਾਂ ਆਪਾਂ ਤਾਂ ਇਨਕਾਰ ਨਹੀਂ ਨਾ ਕਰ ਸਕਦੇ ਬਿਲਕੁਲ ਬਿਲਕੁਲ ਸਿਆਸਤਦਾਨ ਇਨਕਾਰ ਕਰ ਸਕਦੇ ਨੇ ਕਿ ਸਿਆਸੀ ਲਾਹਾ ਨਹੀਂ ਲੈ ਰਿਹਾ ਕਾਨੂੰਨ ਮੁਤਾਬਕ ਕੰਮ ਹੋ ਰਿਹਾ ਪਰ ਲਾਹਾ ਤਾਂ ਸਿਆਸੀ ਹੀ ਲਿਆ ਜਾ ਰਿਹਾ ਇਹ ਵੀ ਅਸੀਂ ਜਿਹੜਾ ਕਬੂਤਰ ਅੱਖਾਂ ਅਸੀਂ ਤਾਂ ਕਬੂਤਰ ਨਹੀਂ ਹੈਗੇ ਨਾ ਅੱਖਾਂ ਮੀਟ ਲਈਏ ਸਾਨੂੰ ਤਾਂ ਦਿਸ ਰਿਹਾ ਹੈ ਕਿ ਸਿਆਸੀ ਸਿਆਸੀ ਕਾਰਨ ਹੀ ਨੇ ਬਿਲਕੁਲ ਬਿਆਨ ਹੁਣ ਕਹਿੰਦੇ ਜੀ ਪੋਲੀਟੀਕਲ ਵੈਂਡੇਟਾ ਇਹੀ ਉਦੋਂ ਕਾਂਗਰਸ ਵਾਲੇ ਕਹਿੰਦੇ ਹੁੰਦੇ ਸੀਗੇ ਪੋਲੀਟੀਕਲ ਵੈਂਡੇਟਾ ਜਦੋਂ ਅਕਾਲੀਆਂ ਦੀ ਸਰਕਾਰ ਸੀ ਉਹੀ ਕੈਪਟਨ ਕਹਿੰਦਾ ਸੀ ਪੋਲੀਟੀਕਲ ਵੈਂਡੇਟਾ ਇਹ ਤਾਂ ਇੱਕ ਰਟਿਆ ਰਟਾਇਆ ਤੋਤੇ ਵਾਲਾ ਬਿਆਨ ਰਟਿਆ ਰਟਾਇਆ ਤੋਤੇ ਵਾਲਾ ਹੈ ਸੋ ਇਸ ਕਰਕੇ ਕੁੱਲ ਮਿਲਾ ਕੇ ਜਿਹੜੀ ਹੁਣ ਸਥਿਤੀ ਇਹ ਬਣੀ ਹੋਈ ਹੈ ਕਿ ਅਕਾਲੀ ਦਲ ਦੇ ਜਿਹੜੇ ਮਜੀਠੀਏ ਦੇ ਵਕੀਲ ਕੀ ਕਰ ਰਹੇ ਨੇ ਜੀ ਇਹ ਕੀ ਕਰ ਰਹੇ ਨੇ ਇਸ ਗੱਲ ਨੂੰ ਕਿਸ ਤਰ੍ਹਾਂ ਜਿਹੜਾ ਹੈਗਾ ਅਗਲੇ ਦਿਨਾਂ 'ਚ ਇਨਕੈਸ਼ ਕੀਤਾ ਜਾਏਗਾ ਉਹ ਜ਼ਿਆਦਾ ਜ਼ਰੂਰੀ ਚੀਜ਼ ਬਣੀ ਹੋਈ ਹੈ ਪਤਾ ਲੱਗ ਰਿਹਾ ਹੈ ਕਿ ਇੱਕ ਜਿਹੜੀ ਪੇਸ਼ਗੀ ਜ਼ਮਾਨਤ ਸੈਸ਼ਨ ਜੱਜ ਮੋਹਾਲੀ ਕੋਲ ਲਾਈ ਜਾ ਰਹੀ ਹੈ ਮਜੀਠੀਆ ਵੱਲੋਂ ਤੇ ਇੱਕ ਜਿਹੜੀ ਹੈਗੀ ਹੈ ਬਲੈਂਕਟ ਬੇਲ ਦੀ ਅਰਜ਼ੀ ਜਿਹੜੀ ਹੈਗੀ ਹੈ ਉਹ ਹਾਈ ਕੋਰਟ ਦਿੱਤੀ ਜਾ ਰਹੀ ਹੈ ਜੀ ਹਾਲ ਦੀ ਘੜੀ ਤੱਕ ਇਹ ਅਪਡੇਟ ਨੇ ਜੀ ਬਿਲਕੁਲ ਜਿਵੇਂ ਤੁਹਾਡੇ ਕੋਲ ਅਪਡੇਟਸ ਆਈਆਂ ਨੇ ਅਤੇ ਐਪਲੀਕੇਸ਼ਨ ਤਾਂ ਦੇਖੋ ਸੈਸ਼ਨ 'ਚ ਹੀ ਲੱਗਣੀ ਹੈ ਬਲੈਂਕਟ ਸਿੱਧੀ ਉੱਥੇ ਜਾਏਗੀ ਇਹ ਗੱਲ ਵਾਸ਼ ਤੁਹਾਡੀਆਂ ਗੱਲਾਂ ਸਹੀ ਨੇ ਜਿੱਥੇ ਵੈਂਡੇਟਾ ਦੀ ਵੀ ਗੱਲ ਕੀਤੀ ਜਾ ਰਹੀ ਹੈ ਜਾਂ ਦੇਖੋ ਲੇਟ ਹੋ ਗਿਆ ਪਰ ਸਿੱਧੂ ਸਾਹਿਬ ਅੱਜ ਪੂਰੇ ਗਰਜਰੇ ਨੇ ਦੇਖਿਆ ਮੈਂ ਜਿਹੜਾ ਅਸਤੀਫਾ ਦਿੱਤਾ ਸੀ ਸਹੀ ਸੀ ਕਿ ਗਲਤ ਸੀ ਕਿਉਂਕਿ ਕੈਪਟਨ ਨੂੰ ਬੜੀ ਤਕਲੀਫ ਹੋ ਰਹੀ ਹੈ ਸਾਰੇ ਮਾਮਲੇ ਦੇ ਉੱਤੇ ਸਿੱਧੂ ਸਾਹਿਬ ਕਹਿ ਰਹੇ ਨੇ ਜੀ ਦੇਖੋ ਕੈਪਟਨ ਅਮਰਿੰਦਰ ਸਿੰਘ ਦਾ ਗ੍ਰਾਫ ਇਸ ਨਾਲ ਡਿੱਗਦਾ ਹੈ ਤੇ ਸਿੱਧੂ ਦਾ ਗ੍ਰਾਫ ਇਸ ਗੱਲੋਂ ਜੇ ਅਸੀਂ ਸਿਰਫ ਇਸ ਗੱਲ ਨੂੰ ਲੈ ਕੇ ਹੀ ਗੱਲ ਕਰਨੀ ਹੈ ਤਾਂ ਇਸ ਮਾਮਲੇ ਚ ਇਹ ਤਾਂ ਦੇਖੋ ਇਸ ਗੱਲ ਦਾ ਕੋਈ ਸ਼ੱਕ ਨਹੀਂ ਕਿ ਜਿੰਨੀ ਇੱਛਾ ਸ਼ਕਤੀ ਜਾਂ ਜਿੰਨੀ ਇੰਟੈਂਸਿਟੀ ਜਾਂ ਜਿੰਨੀ ਜਿੱਦ ਨਵਜੋਤ ਸਿੰਘ ਸਿੱਧੂ ਨੇ ਦਿਖਾਈ ਹੈ ਇਸ ਮਾਮਲੇ ਦੇ ਉਹ ਕੋਈ ਨਹੀਂ ਦਿਖਾ ਸਕਦਾ ਉਹ ਕਿਸੇ ਨੇ ਨਹੀਂ ਦਿਖਾਈ ਉਹਨੇ ਏਜੀ ਵੀ ਬਦਲਤਾ ਉਹਨੇ ਡੀਜੀਪੀ ਵੀ ਬਦਲਵਾਤਾ ਉਹਨੇ ਅਸਤੀਫਾ ਵੀ ਦੇ ਦਿੱਤਾ ਉਹਨੇ ਇਹ ਜੇ ਤੁਸੀਂ ਇਹ ਨਾ ਦੇਖੋ ਕਿ ਏਜੀ ਬਦਲਿਆ ਗਿਆ ਨਵਜੋਤ ਸਿੱਧੂ ਦੀ ਜਿੱਦ ਕਰਕੇ ਜਾਂ ਨਵਜੋਤ ਸਿੱਧੂ ਦੀ ਜਿੱਦ ਕਰਕੇ ਡੀਜੀਪੀ ਬਦਲਿਆ ਗਿਆ ਨਵਜੋਤ ਸਿੱਧੂ ਦੀ ਜਿੱਦ ਕਰਕੇ ਇਸੇ ਇਸ਼ੂ ਦੇ ਉੱਤੇ ਅਮਰਿੰਦਰ ਸਿੰਘ ਬਦਲਿਆ ਗਿਆ ਜੀ ਜੀ ਉਹ ਸਭ ਤੋਂ ਵੱਡੀ ਤਾਂ ਬਲੀ ਉਹਨੇ ਅਮਰਿੰਦਰ ਸਿੰਘ ਦੀ ਲਿੱਤੀ ਹੈ ਇਸੇ ਇਸ਼ੂ ਤੇ ਬਿਲਕੁਲ ਹਾਲਾਂਕਿ ਭਾਵੇਂ ਆਪਣਾ ਵੀ ਨੁਕਸਾਨ ਹੀ ਕਰਾਇਆ ਹੈ ਜਾਂ ਭਾਵੇਂ ਦੂਜੇ ਰੂਪ ਚ ਕਹਿ ਲਓ ਕਿ ਅਮਰਿੰਦਰ ਸਿੰਘ ਨੂੰ ਨਿਸ਼ਾਨੇ ਤੋਂ ਪਬਲਿਕ ਦੇ ਰੋਸ ਦੇ ਨਿਸ਼ਾਨੇ ਤੋਂ ਪਰੇ ਕਰਕੇ ਅਮਰਿੰਦਰ ਦਾ ਵੀ ਫਾਇਦਾ ਹੀ ਕਰਾਇਆ ਹੈ ਕਿਉਂਕਿ ਉਹ ਹੁਣ ਅਮਰਿੰਦਰ ਤਾਂ ਨਿਸ਼ਾਨੇ ਤੇ ਨਹੀਂ ਹੈਗਾ ਨਿਸ਼ਾਨੇ ਤੇ ਤਾਂ ਜਿਹੜੀ ਹੈਗੀ ਆ ਚਰਨਜੀਤ ਚੰਨੀ ਹੈ ਚੰਨੀ ਹੈ ਬਿਲਕੁਲ ਯਾਰ ਤੁਹਾਡਾ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਹੈ ਬਿਲਕੁਲ ਤੇ ਜਿਹੜੇ ਜਵਾਬ ਅੱਜ ਜਿਹੜੇ ਛੇਤਰ ਜਿਹੜੇ ਨੇ ਲੋਕਾਂ ਦੇ ਜਿਹੜੇ ਨੇ ਆਪਣਾ ਚੋਣ ਵਾਅਦੇ ਪੂਰੇ ਨਾ ਕਰਨ ਕਰਕੇ ਅਮਰਿੰਦਰ ਸਿੰਘ ਨੇ ਖਾਣੇ ਸੀ ਉਹ ਇੱਧਰ ਹੋ ਗਏ ਖਾਣ ਨੂੰ ਰਹਿ ਗਏ ਤੇ ਅਮਰਿੰਦਰ ਸਿੰਘ ਵਿਹਲਾ ਕਰ ਦਿੱਤਾ ਕਿ ਆਪਣੀ ਅਗਲੀ ਰਾਜਨੀਤੀ ਚਮਕਾਉਣ ਵਾਸਤੇ ਜਾਂ ਅਗਲੀਆਂ ਤਾਰਾਂ ਜੋੜਨ ਵਾਸਤੇ ਜੀ ਵੈਸੇ ਇੱਕ ਚੀਜ਼ ਬੜੀ ਮੈਂ ਪਿਛਲੇ ਜਲੰਧਰ ਵੀ ਗਿਆ ਪਿਛਲੇ ਹਫ਼ਤੇ ਪ੍ਰੋਗਰਾਮ ਕੀਤਾ ਉੱਥੇ ਬੜੇ ਲੋਕਾਂ ਨਾਲ ਮਿਲਿਆ ਜਰਨਲਿਸਟਾਂ ਨਾਲ ਮਿਲਿਆ ਇੱਧਰ ਉੱਧਰ ਰਾਹ 'ਚ ਆਉਂਦਿਆਂ ਵੀ ਚਾਹ ਪਾਣੀ ਪੀਂਦਿਆਂ ਹੋਏ ਕਰਦੇ ਕਹਿੰਦੇ ਕਿ ਜਿੰਨੀ ਅਕਾਲੀ ਦਲ ਅਤੇ ਹੋਰਾਂ ਦੀ ਜਿਵੇਂ ਪਹਿਲਾਂ ਇੱਕ ਸਮਾਂ ਇਹੋ ਜਿਹਾ ਸੀ ਪਿਛਲੇ ਵਾਰੀ ਜਦੋਂ ਸੀਗਾ ਕਿ ਆਮ ਆਦਮੀ ਪਾਰਟੀ ਤੋਂ ਡਰ ਸੀ ਖਾਸ ਕਰਕੇ ਅਕਾਲੀ ਦਲ ਨੂੰ ਹੁਣ ਉਹ ਡਰ ਜਿਹੜਾ ਹੈਗਾ ਸਿੱਧੂ ਦਾ ਬਹੁਤ ਵੱਡਾ ਪਿਆ ਹੋਇਆ ਵੀ ਜੇ ਸਿੱਧੂ ਨੂੰ ਕਿਵੇਂ ਨਾ ਕਿਵੇਂ ਕਰਕੇ ਨਕਾਰਾ ਕਰੋ ਜੇ ਬਣ ਗਿਆ ਫਿਰ ਸਾਨੂੰ ਠਿੱਠ ਕਰੂ ਕੇਬਲ ਨੈੱਟਵਰਕ ਤੋਂ ਲੈ ਕੇ ਹੋਰ ਮਾਮਲਿਆਂ ਤੋਂ ਲੈ ਕੇ ਆਹ ਬੇਅਦਬੀ ਮਾਮਲੇ ਨੂੰ ਲੈ ਕੇ ਆ ਨਸ਼ਿਆਂ ਵਾਲੇ ਮਾਮਲੇ ਦਾ ਤਾਂ ਕੀ ਕਹਿੰਦੇ ਹਿਸਾਬ ਲਾ ਲਓ ਉਦੋਂ ਪਿਛਲੇ ਹਫ਼ਤੇ ਪਤਾ ਹੀ ਨਹੀਂ ਸੀਗਾ ਵੀ ਇੱਥੇ ਤੱਕ ਗੱਲ ਆ ਜਾਣੀ ਹੈ ਪਰ ਉਹ ਗੱਲ ਜਿਹੜੀ ਸਿੱਧੂ ਦੀ ਆ ਰਹੀ ਸੀ ਵੀ ਸਿੱਧੂ ਤੋਂ ਡਰ ਜਿਹੜਾ ਮਹਿਸੂਸ ਹੋ ਰਿਹਾ ਉਹ ਇੱਕ ਬਹੁਤ ਵੱਡੀ ਗੱਲ ਸਾਹਮਣੇ ਆ ਰਹੀ ਸੀ ਦੇਖੋ ਪਿਛਲੀ ਵਾਰ ਜਦੋਂ ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਹੈ ਬਿਲਕੁਲ ਉਸੇ ਸ਼ੈਲੀ ਚ ਨਵਜੋਤ ਸਿੱਧੂ ਚੱਲਣ ਦੀ ਕੋਸ਼ਿਸ਼ ਕਰ ਰਹੇ ਨੇ ਇਸ ਵਾਰ
ਪਰ ਇਸ 'ਚ ਇੰਨਾ ਕੁ ਫਰਕ ਜ਼ਰੂਰ ਹੈ ਕਿ ਨਵਜੋਤ ਸਿੱਧੂ ਅਤੇ ਆਮ ਆਦਮੀ ਪਾਰਟੀ ਜਾਂ ਅਰਵਿੰਦ ਕੇਜਰੀਵਾਲ ਦੀ ਜਿਹੜੀ ਟੀਮ ਸੀ ਉਸ ਵਕਤ ਜੀ ਉਦੋਂ ਇੱਕ ਟੀਮ ਸੀ, ਇਸ ਵਕਤ ਟੀਮ ਦੀ ਅਣਹੋਂਦ ਨਜ਼ਰ ਆ ਰਹੀ ਹੈ, ਉਹ ਤਾਂ ਹੈ ਹੀ ਨਹੀਂ, ਟੀਮ ਤਾਂ ਕੋਈ ਵੀ ਨਹੀਂ ਹੈਗੀ ਹੁਣ। ਮੈਂ ਇੱਕ ਤਾਜ਼ਾ ਅਪਡੇਟ ਦੇ ਰਿਹਾ, ਚਲੋ ਰੇਡੀਓ ਪੰਜਾਬ ਟੂਡੇ ਵੀ ਮੇਰਾ ਆਪਣਾ ਹੀ ਅਦਾਰਾ ਹੈ, ਇੱਥੇ ਇਹ ਮੇਰਾ ਘਰ ਹੈ, ਭਾਵੇਂ ਨੌਕਰੀ ਮੈਂ ਕਿਤੇ ਹੋਰ ਕਰਦਾ ਹੋਵਾਂ ਜੀ, ਮੈਂ ਹੁਣੇ ਆਪਣੀ ਇੱਕ ਰਿਪੋਰਟ ਕਰਕੇ ਹਟਿਆ। ਮੇਰੀ ਇੱਕ ਅਹਿਮ ਸੂਤਰ ਨਾਲ ਗੱਲ ਹੋਈ ਹੈ, ਦਿੱਲੀ 'ਚ ਕੈਂਪੇਨ ਕਮੇਟੀ ਦੀ ਬੈਠਕ ਹੋਈ ਹੈ, ਹੁਣੇ 15 ਮਿੰਟ ਪਹਿਲਾਂ ਖਤਮ ਹੋਈ ਹੈ ਉਹ ਪੰਜਾਬ ਕੈਂਪੇਨ ਕਮੇਟੀ ਦੀ ਸੁਖੀ ਜਾਖੜ ਦੀ ਅਗਵਾਈ 'ਚ। ਉਹਦੇ 'ਚ ਨਾ ਤਾਂ ਨਵਜੋਤ ਸਿੰਘ ਸਿੱਧੂ ਪਹੁੰਚਿਆ ਤੇ ਨਾ ਹੀ ਚਰਨਜੀਤ ਸਿੰਘ ਚੰਨੀ ਪਹੁੰਚਿਆ। ਉੱਥੇ ਜੋ ਮੈਨੂੰ ਪਤਾ ਲੱਗਿਆ ਅੰਦਰੋਂ ਬੰਦੇ ਨੇ ਦੱਸਿਆ ਹੈ ਕਿ ਉਹ ਭਿਉਂ ਭਿਉਂ ਕੇ ਛਿੱਤਰ ਮਾਰੇ ਗਏ ਨੇ ਕਿ ਟਕਸਾਲੀ ਕਾਂਗਰਸੀ ਖੁੰਜੇ ਚਲਾਤੇ, ਲੋਕਾਂ ਨੂੰ ਇਹ ਨੀ ਸਮਝ ਆ ਰਹੀ ਕਿ ਚੋਣ ਜਿਹੜੀ ਹੈਗੀ ਚੰਨੀ ਦੇ ਨਾਂ ਤੇ ਲੜਨੀ ਹੈ ਕਿ ਸਿੱਧੂ ਦੇ ਨਾਂ ਤੇ ਲੜਨੀ ਹੈ। ਇਹਨਾਂ ਦੇ ਨਾਂ ਤੇ ਲੜਨੀ ਵੀ ਹੈ ਤਾਂ ਟਕਸਾਲੀ ਕਾਂਗਰਸੀਆਂ ਦਾ ਕੀ ਬਣੇਗਾ? ਜੇ ਸਿੱਧੂ ਮੁੱਖ ਮੰਤਰੀ ਬਣਾਉਣਾ ਹੈ ਤਾਂ ਦੱਸੋ ਕਿ ਬਾਕੀ ਜਿਹੜੇ ਕਾਂਗਰਸੀ ਕਿੱਥੇ ਜਾਣ? ਉਹਦੇ 'ਚ ਰਵਨੀਤ ਸਿੰਘ ਬਿੱਟੂ ਵੀ ਸੀ, ਮਨੀਸ਼ ਤਿਵਾੜੀ ਵੀ ਸੀ, ਅੰਬਿਕਾ ਸੋਨੀ ਨਹੀਂ ਸੀ, ਪ੍ਰਤਾਪ ਸਿੰਘ ਬਾਜਵਾ ਨਹੀਂ ਸੀ, ਮੁਹੰਮਦ ਸਦੀਕ ਨਹੀਂ ਸੀ, ਬਾਕੀ ਦੇ ਬੰਦੇ ਆਲਮੋਸਟ ਸਾਰੇ ਸੀ ਜਿੰਨੇ ਮੈਂਬਰ ਪਾਰਲੀਮੈਂਟ ਕਾਂਗਰਸ ਦੇ ਨੇ ਤੇ ਕੁਝ ਨੇਤਾ ਨੇ ਪੰਜਾਬ ਨਾਲ ਸੰਬੰਧਿਤ, 17-18 ਬੰਦੇ ਸੀ, ਸੁਨਸੇਰ ਸਿੰਘ ਦੁੱਲੋ ਵੀ ਉਹਦੇ ਵਿੱਚ ਸੀ। ਤਾਂ ਫਿਰ ਉਹਨਾਂ ਨੇ ਇਹ ਗੱਲ ਚੁੱਕੀ ਹੈ ਕਿ ਜਿਹੜੇ ਬੰਦਿਆਂ ਨੇ ਮਾਫੀਆ ਨਾਲ ਮਿਲ ਕੇ ਜਿਹੜੇ ਕਾਂਗਰਸ ਦੇ MLAs ਦੇ ਉੱਤੇ ਦੋਸ਼ ਹੈ ਕਿ ਉਹਨਾਂ ਨੇ ਮਾਲ ਬਣਾਇਆ ਹੈ, ਤਾਂ ਉਹਨਾਂ ਨੂੰ ਟਿਕਟਾਂ ਦੇਵੋਗੇ ਜਾਂ ਟਕਸਾਲੀ ਕਾਂਗਰਸੀਆਂ ਨੂੰ ਜਿਹਨਾਂ ਨੂੰ ਟਿਕਟਾਂ ਨਹੀਂ ਮਿਲੀਆਂ ਤੇ ਉਹਨਾਂ ਨੇ ਕੰਮ ਕੀਤਾ ਪਾਰਟੀ ਵਾਸਤੇ ਉਹਨਾਂ ਨੂੰ ਦੇਵੋਗੇ? ਉਹਨਾਂ ਨੂੰ ਦੇਵੋਗੇ। ਫਿਰ ਉੱਥੇ ਸਵਾਲ ਉੱਠਿਆ ਕਿ ਜਿਹੜੇ ਆਮ ਆਦਮੀ ਪਾਰਟੀ ਤੋਂ ਸਿਟਿੰਗ MLA ਇਹ ਗੱਲ ਤੇ ਆ ਰਹੇ ਨੇ ਕਿ ਸਾਨੂੰ ਟਿਕਟ ਦਿਓ, ਦਿਓ ਤਾਂ ਉਹਨਾਂ ਨੂੰ ਟਿਕਟ ਦੇਵੋਗੇ ਜਿਹਨਾਂ ਨੂੰ ਹਰਾ ਕੇ ਉਹ ਪਿਛਲੀ ਵਾਰ MLA ਕਾਂਗਰਸੀਆਂ ਨੂੰ ਹਰਾ ਕੇ ਬਣੇ ਸੀ, ਉਹਨਾਂ ਦਾ ਕੀ ਬਣੇਗਾ? ਫਿਰ ਉੱਥੇ ਸਵਾਲ ਉੱਠਿਆ ਹੈ ਕਿ ਜਦੋਂ ਹੁਣ ਪਿਛਲੀ ਵਾਰ ਤਾਂ ਕਾਂਗਰਸੀਆਂ ਕੋਲ ਜਾਣ ਨੂੰ ਕੋਈ ਰਾਹ ਨਹੀਂ ਸੀਗਾ, ਹੁਣ ਤਾਂ ਰਾਹ ਹੀ ਬੜੇ ਖੁੱਲੇ, ਹੁਣ ਉਹੀ ਗੱਲ ਸਾਡੇ 9 ਸਾਲ ਦਾ ਮੁੱਖ ਮੰਤਰੀ ਜਿਹਦੇ ਟੱਚ 'ਚ ਰਹੇ ਨੇ ਸਾਰੇ ਕਾਂਗਰਸ ਨਹੀਂ, ਨਾਲੇ ਭਾਈ ਸਾਹਿਬ ਐਤਕੀ ਤਾਂ ਕੀ ਕਹਿੰਦਾ ਟਿਕਟਾਂ ਬਾਹਲੀਆਂ ਨੇ, ਕੈਂਡੀਡੇਟ ਥੋੜੇ ਨੇ, ਦੋ ਦੋ ਤਿੰਨ ਤਿੰਨ ਥਾਵਾਂ ਤੋਂ ਵੀ ਖੜੇ ਕਰ ਦੇਣਗੇ, ਪੈਸੇ ਚਾਹੀਦੇ ਨੇ, ਭਾਵੇਂ ਪੁੱਤ ਦੀ ਲੈ, ਨੌਂ ਦੀ ਲੈ, ਪੋਤਰੇ ਦੀ ਲੈ, ਉਹ ਜਿਵੇਂ ਕਹਿੰਦੇ ਹੁੰਦੇ ਨਾ ਵੀ ਉਹ ਬੱਸਾਂ ਦੇ ਵਿੱਚ ਸਮਾਨ ਵੇਚਣ ਵਾਲਾ ਨਹੀਂ ਹੁੰਦਾ ਗਾ, ਹੈਂ ਪੈਨ ਵੇਚਦਾ ਵੇਚਦਾ ਜਾੜ ਕੱਢਣ ਤੱਕ ਆ ਜਾਂਦਾ ਉਹ। ਸੋ 15 ਮਿੰਟ ਪਹਿਲਾਂ ਇਹ ਜਿਹੜਾ ਕਾਟੋ ਕਲੇਸ਼ ਹੈ ਕੈਂਪੇਨ ਕਮੇਟੀ ਦੀ ਮੀਟਿੰਗ 'ਚ ਪੈ ਕੇ ਹਟਿਆ, ਹੁਣੇ ਹੁਣੇ ਤਾਜ਼ਾ ਤਾਜ਼ਾ ਇਹਦੀਆਂ ਖਬਰਾਂ ਹਲੇ ਆਉਣੀਆਂ ਨੇ, ਮੇਰੀ ਵੀ ਰਿਪੋਰਟ ਜਿਹੜੀ ਆ ਹਲੇ ਚਲਾਉਣੀ ਹੈ। ਚਲੋ ਮੈਂ ਤਾਂ ਹੀ ਕਿਹਾ ਸੀ, ਮੈਂ ਕਿਹਾ ਚਲੋ ਰੇਡੀਓ ਜਦੋਂ ਤੁਸੀਂ ਮੈਨੂੰ ਪਹਿਲਾਂ ਫੋਨ ਕਰ ਰਹੇ ਸੀ ਮੈਂ ਉਦੋਂ ਸਟੂਡੀਓ 'ਚ ਸੀ ਆਪਣੇ 'ਚ, ਮੈਂ ਲਾਈਵ 'ਤੇ ਸੀ ਉਦੋਂ। ਸੋ ਇਹ ਹਾਲਾਤ ਇਸ ਵਕਤ ਜਿਹੜੇ ਕਾਂਗਰਸ ਦੇ ਨੇ, ਕਾਂਗਰਸ ਇਕੱਲੀ ਜੇ ਕਾਂਗਰਸ ਇਹ ਸੋਚ ਲਏਗੀ ਜਿਵੇਂ ਆਪਾਂ ਕਹਾਣੀ ਸੁਣਦੇ ਹੁੰਦੇ ਹਾਂ ਖਰਗੋਸ਼ ਦੀ ਤੇ ਸਹੇ ਦੀ ਤੇ ਕੱਛੂ ਕੁੰਮੇ ਦੀ, ਜੇ ਉਹ ਕਹੇਗੀ ਕਿ ਮੈਂ ਤਾਂ ਹੁਣ ਵਾਟ ਮਕਾ ਲਈ ਆ ਮਜੀਠੀਏ ਨੂੰ, ਜਿਹੜਾ ਮਜੀਠੀਏ ਖਿਲਾਫ FIR ਕਰਕੇ ਤੇ ਇੱਥੇ ਹੁਣ ਦਮ ਲੈਣ ਨੂੰ ਬਹਿ ਜਾਣਗੇ, ਫਿਰ ਕਾਂਗਰਸ ਦਾ ਨੁਕਸਾਨ ਹੋ ਸਕਦਾ ਹੈ। ਮਜੀਠੀਆ ਮੈਂ ਦੁਬਾਰਾ ਕਹਿ ਰਿਹਾ, ਮਜੀਠੀਆ ਇਸ਼ੂ ਉਦੋਂ ਤੱਕ ਹੀ ਹੈ ਜਦੋਂ ਤੱਕ ਮਜੀਠੀਆ ਦੇ ਕੇਸ ਬਾਰੇ ਜ਼ਮਾਨਤ ਤੇ ਫੈਸਲਾ ਨਹੀਂ ਆ ਜਾਂਦਾ, ਨਹੀਂ ਆ ਜਾਂਦਾ ਉਦੋਂ ਤੱਕ ਹੀ ਮੈਨੂੰ ਲੱਗ ਰਿਹਾ ਇਸ਼ੂ ਉਸ, ਜੇਕਰ ਜ਼ਮਾਨਤ ਤੇ ਮਜੀਠੀਆ ਨੂੰ ਜ਼ਮਾਨਤ ਮਿਲ ਗਈ, ਪੇਸ਼ਗੀ ਜ਼ਮਾਨਤ ਤੇ, ਪੇਸ਼ਗੀ ਜ਼ਮਾਨਤ ਆਮ ਤੌਰ ਤੇ ਮਿਲ ਜਾਂਦੀ ਹੈ, ਕਿਉਂ? ਰੀਜਨ ਕੀ ਕਿ ਇੱਕ ਤਾਂ ਹਾਈ ਪ੍ਰੋਫਾਈਲ ਕੇਸ, ਪੋਲੀਟੀਕਲ ਵੈਂਡੇਟਾ, ਇਲੈਕਸ਼ਨ ਦਾ ਟਾਈਮ, ਪਰ ਇਹਦੇ ਵਿੱਚ ਦੂਜੇ ਪਾਸੇ ਨਹੀਂ, ਇਹਦੇ ਵਿੱਚ ਪੋਲੀਟੀਕਲ ਵੈਂਡੇਟਾ ਲੈ ਕੇ ਜੇ ਗੱਲ ਕਰੀਏ ਤਾਂ ਦੇਖੋ ਲੰਮਾ ਸਮਾਂ ਹੋ ਗਿਆ ਇਸ ਮਾਮਲੇ ਨੂੰ ਲੈ ਕੇ, ਹਾਈਕੋਰਟ ਦੇ ਕੋਲੇ ਤਾਂ ਕਦੋਂ ਦੀ ਕੇਸ ਪਿਆ, ਅਤੇ ਹਾਈਕੋਰਟ ਦੀਆਂ ਫਾਈਂਡਿੰਗਸ ਵੀ ਹੈਗੀਆਂ ਕਿ ਨਾ ਤਾਂ ਵਿੱਚ ਬੋਲਦਾ ਸੀਗਾ ਨਾ ਉਹ ਖੋਲ੍ਹ ਕੇ ਵੀ ਵੇਖ ਸਕਦੀ ਹੈ ਵੀ ਪਰਚਾ ਅੱਜ ਦਰਜ ਹੋਇਆ, ਪਰ ਮਾਮਲਾ ਤਾਂ ਪਹਿਲਾਂ ਵੀ ਸੀਗਾ। ਨਹੀਂ, ਮਾਮਲਾ ਪਹਿਲਾਂ ਸੀ, ਪਰ ਜਿਹੜੀ ਅੱਜ ਅਕਾਲੀ ਦਲ ਨੇ ਚੀਜ਼ਾਂ ਜ਼ਾਹਰ ਕੀਤੀਆਂ ਨੇ ਕਿ ਉਸ ਤੋਂ ਬਾਅਦ ਦੇ ਜਿਹੜੇ ਹਾਈਕੋਰਟ ਦੇ ਇੰਟੈਰੀਮ ਆਰਡਰ ਨੇ ਉਹਨਾਂ ਦਾ ਵੇਰਵਾ ਕਿਉਂ ਨਹੀਂ ਹੈਗਾ FIR ਦੇ ਵਿੱਚ, ਉਹ ਬੜਾ ਵੱਡਾ ਜਿਹੜਾ ਹੈਗਾ ਕਮੀ ਬਣ ਸਕਦੀ ਹੈ, ਕਿਉਂਕਿ ਅੱਜ ਬੋਲਿਆ ਤਾਂ ਭਾਵੇਂ ਪਰਮਬੰਸ ਸਿੰਘ ਬੰਟੀ ਰੋਮਾਣਾ ਹੈ ਯੂਥ ਦਾ ਪ੍ਰਧਾਨ, ਪਰ ਜਿਹੜੀ ਜ਼ੁਬਾਨ ਸੀਗੀ ਉਹ ਵਕੀਲਾਂ ਦੀ ਸੀ। ਅੱਜ ਪਤਾ ਲੱਗ ਗਿਆ ਕਿ ਹਾਈ ਸ਼੍ਰੋਮਣੀ ਅਕਾਲੀ ਦਲ ਨੇ ਅਦਾਲਤ 'ਚ ਕੀ ਬੋਲਣਾ ਜਾ ਕੇ। ਬਿਲਕੁਲ ਬਿਲਕੁਲ, ਵਕੀਲ ਤਾਂ ਆਪਾਂ ਨੂੰ ਪਤਾ ਹੀ ਹੈ, ਬੰਟੀ ਰੋਮਾਣਾ ਬੋਲਿਆ ਉਹ ਵਕੀਲਾਂ ਦੀ ਭਾਸ਼ਾ ਬੋਲਿਆ, ਉਹ ਸਾਰੇ ਉਹਨਾਂ ਦੇ ਜਿਹੜੇ ਡਾਕੂਮੈਂਟ ਪੀਲੇ ਰੰਗ ਨਾਲ ਜਿਹੜੇ ਮਾਰਕ ਕੀਤੇ ਹੋਏ ਸੀ ਉਹ ਸਾਰੇ ਉਹ ਅਨੈਕਸਰ ਨੇ ਜਿਹੜੇ ਇਹਨਾਂ ਨੇ ਹਾਈਕੋਰਟ ਦੇ ਵਿੱਚ ਜਾਂ ਸੈਸ਼ਨ ਕੋਰਟ 'ਚ ਲਾਣੇ ਨੇ। ਨੰਬਰ 1 ਇਹ ਗੱਲ ਆਉਂਦੀ ਹੈ, ਤਾਂ ਉੱਥੇ ਕਿਹਾ ਜਾਏਗਾ, ਮੈਂ ਗੱਲ ਕਰ ਰਿਹਾ ਕਿ ਸਟਰੋਂਗ ਪੁਆਇੰਟ ਕਿਵੇਂ ਬਣਦਾ ਜ਼ਮਾਨਤ ਵਾਸਤੇ ਜਾਂ ਬਲੈਂਕਟ ਬੇਲ ਵਾਸਤੇ। ਹੋ ਸਕਦਾ ਕਿ ਮਜੀਠੀਆਂ ਨੂੰ ਵੀ ਸੈਣੀ ਵਾਂਗੂ ਚੋਣਾਂ ਤੱਕ ਜਿਹੜਾ ਹੈਗਾ ਬਲੈਂਕਟ ਬੇਲ ਮਿਲ ਜੇ, ਇਹ ਸੋਚਦੇ ਨੇ ਨਾ ਕਿ ਚਲੋ ਜੇ ਜ਼ਮਾਨਤ ਲੈ ਵੀ ਜਾਊਗਾ, ਸੈਸ਼ਨ ਦੇ ਕੋਲ ਜ਼ਮਾਨਤ ਲੈਣ ਜਾਊਗਾ ਤਾਂ ਕਹੂਗਾ ਕਿ ਮੈਂ ਇਸ ਤਰ੍ਹਾਂ ਹੈਗਾ, ਮੇਰੀ ਬੈਕਗ੍ਰਾਉਂਡ ਇਹ ਆ, ਮੈਂ ਚੋਣ ਲੜਨੀ ਆ, ਮੇਰੀ ਪਾਰਟੀ ਨੇ ਚੋਣ ਲੜਨੀ ਆ, ਮੈਂ ਸਾਬਕਾ ਮੰਤਰੀ ਰਿਹਾ, ਮੈਂ ਇਹ ਆ, ਮੈਂ ਫਲਾਂ ਆ ਤੇ ਮੈਂ ਭਰੋਸਾ ਦਿੰਦਾ, ਮੈਂ ਅੰਡਰਟੇਕਿੰਗ ਦਿੰਦਾ ਕਿ ਮੈਂ ਜਾਂਚ 'ਚ ਸ਼ਾਮਿਲ ਹੋਊਂਗਾ। ਜੇ ਕਿਤੇ ਉਹਨੂੰ ਇਹ ਗੱਲ ਆ ਗਈ ਕਿ ਮੈਨੂੰ ਜਾਂਚ ਵਿੱਚ ਵੀ ਨਾ ਜੀ ਸ਼ਾਮਿਲ ਕਰੋ ਕਿਉਂਕਿ ਮੈਨੂੰ ਡਿਸਟਰਬ ਕਰਨਗੇ ਕਿਉਂਕਿ ਮੈਂ ਇਲੈਕਸ਼ਨ ਲੜਨੀ ਹੈ, ਜੇ ਉਹ ਵੀ ਉਹ ਬਲੈਂਕਟ ਬੇਲ ਲੈ ਗਿਆ ਤਾਂ ਇਹ ਜਿਹੜਾ ਰਚਿਆ ਸਾਰਾ ਜਿਹੜਾ ਚੱਕਰ ਵਿਊ ਉਹ ਕਿੱਥੇ ਰਹਿ ਜਾਏਗਾ? ਸੋ ਮੈਂ ਜਿਹੜੀ ਵਾਰ ਵਾਰ ਕਹਿ ਰਿਹਾ ਕਾਂਗਰਸ ਵਾਸਤੇ ਹੋਰ ਚੈਲੇਂਜਸ, ਅਮਰਿੰਦਰ ਸਿੰਘ ਬਹੁਤ ਵੱਡਾ ਚੈਲੇਂਜ ਹੈ, ਪਾਰਟੀ ਦੀ ਟਿਕਟਾਂ ਦੇਣਾ ਬਹੁਤ ਵੱਡਾ ਚੈਲੇਂਜ ਹੈ, ਜਿਹੜੀ ਅੱਜ ਉੱਥੇ ਕੈਂਪੇਨ ਕਮੇਟੀ ਦੀ ਬੈਠਕ
ਕਿਸੇ ਹੋਰ ਦੇ ਟੱਚ ਚ ਰਹੇ ਨੇ ਜਾਂ 6 ਮਹੀਨੇ ਦੇ ਪ੍ਰਧਾਨ ਦੇ ਟੱਚ ਚ ਰਹੇ ਨੇ ਜਾਂ 3 ਮਹੀਨੇ ਦੇ ਮੰਤਰੀ ਮੁੱਖ ਮੰਤਰੀ ਦੇ ਟੱਚ ਚ ਰਹੇ ਨੇ ਇਹ ਤਾਂ ਗੱਲ ਤੁਸੀਂ ਨਿੱਜੀ ਤੌਰ ਤੇ ਦਾਨੇ ਵਾਲੇ ਸਾਹਿਬ ਮੰਨਦੇ ਹੋ ਨਾ ਪੰਜਾਬ ਦਾ ਜਿਹੜਾ ਕਾਂਗਰਸੀ ਹੈ ਤਾਂ ਉਹ ਸਭ ਤੋਂ ਵੱਧ ਜਿਹੜਾ ਸੰਪਰਕ ਚ ਉਹ ਅਮਰਿੰਦਰ ਸਿੰਘ ਦੇ ਰਿਹਾ ਨਾ ਉਹ ਚਰਨਜੀਤ ਸਿੰਘ ਚੰਨੀ ਦੇ ਸੰਪਰਕ ਚ ਰਿਹਾ ਨਾ ਉਹ ਨਵਜੋਤ ਸਿੰਘ ਸਿੱਧੂ ਦੇ ਸੰਪਰਕ ਚ ਰਿਹਾ ਤੇ ਨਾ ਹੀ ਉਹ ਹਰੀਸ਼ ਚੌਧਰੀ ਦੇ ਸੰਪਰਕ ਚ ਰਿਹਾ ਤੇ ਨਾ ਹੀ ਉਹ ਕਾਂਗਰਸ ਹਾਈ ਕਮਾਨ ਦੇ ਸੰਪਰਕ ਚ ਰਿਹਾ ਸੋ ਉਹ ਜਿਹੜੀ ਆਪਸ ਪੁਰਾਣੇ ਸੰਬੰਧ ਨੇ ਉਹ ਤਾਂ ਨਹੀਂ ਨਾ ਮਿਟਦੇ ਹੁੰਦੇ ਖਾਸ ਕਰ ਇਲੈਕਸ਼ਨ ਦੇ ਸਮੇਂ ਦੇ ਵਿੱਚ ਅਗਲੇ ਕਹਿੰਦੇ ਅਸੀਂ ਹੁਣ ਨਾ ਇਨਕੈਸ਼ ਕੀਤੇ ਹੁਣ ਨਾ ਆਪਣੇ ਸੰਬੰਧ ਵਰਤੇ ਤੇ ਜਦੋਂ ਅਮਰਿੰਦਰ ਨੂੰ ਹੁਣ ਲੋੜ ਹੈ ਸਾਡੀ ਕਿ ਆਓ ਜੀ ਲੋ ਚੱਕੋ ਟਿਕਟ ਤੇ ਲੜੋ ਤਾਂ ਉਦੋਂ ਉਹ ਕਦੋਂ ਵਰਤਣਗੇ ਤੇ ਤੁਹਾਨੂੰ ਯਾਦ ਹੋਏਗਾ ਪੀਪੀਪੀ ਨੇ ਕੀ ਕੀਤਾ ਸੀ ਜੀ 12 ਦੇ ਵਿੱਚ ਜਿੰਨਾ ਕ ਮਾਰਜਨ ਸੀਗੇ ਵੋਟਾਂ ਨਾਲ ਹਾਰਨ ਜਿੱਤਣ ਦੇ ਉਹ ਉਨੇ ਕਿ ਵੋਟਾਂ ਜਿਹੜੀ ਆ ਪੀਪੀਪੀ ਲੈ ਗਈ ਸੀ ਜੀ ਜੀ ਬਿਲਕੁਲ ਬਿਲਕੁਲ ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ ਮਿਹਰਬਾਨੀ ਧੰਨਵਾਦ ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਇੱਕ ਬ੍ਰੇਕ ਦਾ ਸਮਾਂ ਜੀ ਅਤੇ ਫਿਰ ਹਾਜ਼ਰ ਹੁੰਦੇ ਸੋ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ ਅਤੇ ਮੇਰੀ ਗੁਜ਼ਾਰਿਸ਼ ਹੈ ਜੀ ਅਤੇ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ